5 ਸਾਲ ਦੀ ਬੱਚੀ ਏ ਤੇ ਸਾਡੇ ਗਵਾਂਢੀ ਹੈਗੇ ਸੀ ਉਹਨਾਂ ਦੀ ਦੁਕਾਨ ਹੈਗੀ ਏ ਕਰਿਆਨੇ ਵਾਲੀ ਤੇ ਉਹਨੇ ਨਾ ਵੀ ਆਪਦੀ ਦੁਕਾਨ ਤੋਂ ਛੱਤ ਤੇ ਮੈਂ ਘਰੇ ਨਹੀਂ ਹੈਗੀ ਸੀ ਮੈਂ ਗਵਾਂਢੀ ਘਰੇ ਬੱਚੀ ਲੈ ਵੀ ਘਰੇ ਹੈਗੀ ਸੀ ਖੇਡਦੀ ਪਈ ਸੀ ਮੈਂ ਗਈ ਸੀ ਤੇ ਮੈਂ ਗਈ ਸੀ ਗਵਾਂਢੀ ਘਰੇ ਫੋਨ ਲਵਾਉਣ ਤੇ ਫੋਨ ਲਵਾਉਣ ਗਈ ਮੈਂ ਤੇ ਮਗਰੂ ਖੇਡਦੀ ਪਈ ਸੀ ਤੇ ਉੱਤੋਂ ਉਹਨੇ ਨਾਮੀ ਨੇ ਕੋਠੇ ਤੋਂ ਆਵਾਜ਼ ਮਾਰੀ ਹੁੰਦਾ ਪੱਕਾ ਨਾ ਸਤਨਾਮ ਹੈ ਤੇ ਕੱਚਾ ਨਾ ਨਾਮੀ ਪਿੰਡ ਵਿੱਚ ਕਹਿੰਦੇ ਨੇ ਪਿੰਡ ਦਾ ਰਹਿਣ ਵਾਲਾ ਉਹਨੇ ਆਵਾਜ਼ ਮਾਰੀ ਬੱਚੀ ਨੂੰ ਆਂਦਾ ਤੁਹਾਨੂੰ ਚੀਜ਼ ਦੇਵਾਂ ਤੇ ਤੁਸੀਂ ਛੱਤ ਤੇ ਆ ਜਾਓ ਬੱਚਿਆਂ ਨੇ ਲਾਲਚ ਕਰ ਲਿਆ ਬੱਚੇ ਗਏ ਚਲੇ ਛੱਤ ਤੇ ਫਿਰ ਉਸ ਤੋਂ ਬਾਅਦ ਉਹਨੇ ਵੀ ਆਪਦੇ ਕੱਪੜੇ ਉਤਾਰੇ ਤੇ ਗੁੱਡੀਆਂ ਦੇ ਵੀ ਕੱਪੜੇ ਉਤਾਰੇ ਤੇ ਫਿਰ ਗਵਾਂਢੀ ਚੜੇ ਹੋਏ ਸੀ ਬੱਚੇ ਛੱਤ ਤੇ ਉਹਨਾਂ ਵੇਖਾ ਮੌਸਮ ਨੇਰੀ ਜਿਹੇ ਦੇਗਾ ਸੀ ਠੰਡੇ ਵੇਲੇ ਚੜ੍ਹ ਕੇ ਛੱਤ ਤੇ ਉਹਨਾਂ ਵੇਖਾ ਫਿਰ ਉਹਨਾਂ ਮੈਨੂੰ ਆਉਣ ਤੇ ਦੱਸਾਂ ਘਰੇ ਆਉਂਦੇ ਵੀ ਇਸ ਤਰ੍ਹਾਂ ਵੀ ਤੇ ਉਹਦੀ ਗੁੱਡੀ ਨਾਲ ਨਾ ਸ਼ਰਾਰਤਾਂ ਨਾਮੀ ਕਰਦਾ ਪਿਆ ਮੈਂ ਕਦੋਂ ਆਪਦੀ ਛੱਤ ਦੇ ਉੱਪਰ ਚੜ੍ਹੀ ਤੇ ਫਿਰ ਉਸ ਤੋਂ ਬਾਅਦ ਮੈਂ ਵੀ ਵੇਖਾ ਤੇ ਮੈਂ ਕੱਪੜੇ ਆਪਦੇ ਵੀ ਉਤਾਰੀ ਖੜਾ ਸੀ ਗੁੱਡੀਆਂ ਦੇ ਵੀ ਉਤਾਰੀ ਖੜਾ ਸੀ ਮੈਂ ਆਖਾਂ ਨਾਮੀ ਤੂੰ ਕੀ ਕਰਦਾ ਪਿਆ ਈ ਮੇਰੇ ਲੂੰ ਖੜੇ ਹੋ ਗਏ ਮੈਂ ਆਖਾਂ ਨਾਮੀ ਤੂੰ ਕੀ ਕਰਦਾ ਪਿਆ ਈ ਤੇ ਮੈਨੂੰ ਕਹਿੰਦਾ ਵੀ ਕਿਹਾ ਕੁਛ ਨੀ ਨੁੱਕ ਗਿਆ ਮੈਨੂੰ ਵੇਖਦੇ ਦੀਵਾਰ ਦੇ ਓਲੇ ਤੇ ਫਿਰ ਮੈਂ ਵੀ ਸਾਡੇ ਘਰੇ ਗਵਾਂਢੀ ਹੈਗੇ ਨੇ ਮੈਂ ਉਹਨਾਂ ਨੂੰ ਆਵਾਜ਼ਾਂ ਮਾਰੀ ਮੈਂ ਕਿਹਾ ਛੱਤ ਤੇ ਜਾ ਤੇ ਵੇਖੋ ਤੁਸੀਂ ਹੈਗਾ ਕੌਣ ਹੈ ਫਿਰ ਉਹ ਛੱਤ ਤੇ ਗਏ ਉਹਨਾਂ ਵੇਖਾ ਤਾਂ ਗੁਨਾਮੀ ਨੁੱਕਾ ਖੜਾ ਫਿਰ ਅੱਗੋਂ ਉਹਨੇ ਇੱਟਾਂ ਚੁੱਕ ਲੀਆਂ ਇੱਟਾਂ ਚੁੱਕ ਤੇ ਥੱਲੇ ਲੱਥਾ ਤੇ ਮੈਂ ਉਸ ਤੋਂ ਬਾਅਦ ਮੈਂ ਗਈ ਬੱਚਿਆਂ ਨੂੰ ਲੈਣ ਤੇ ਅੱਗੋਂ ਦੋਨਾਂ ਜੀਆਂ ਨੇ ਸੋਟੀਆਂ ਚੁੱਕ ਲੀਆਂ ਨੇ ਉਹ ਸਾਡਾ ਜ਼ਮੀਨ ਦਾ ਰੋਲਾ ਸੀ ਉਸ ਕਾਰਨ ਮੇਰੇ 5 ਸਾਲ ਮੈਰਿਜ ਨੂੰ ਹੋਏ ਨੇ ਮੇਰੇ ਘਰ ਬੱਚਾ ਨਹੀਂ ਹੈਗਾ ਉਹ ਇਸ ਕਰਕੇ ਕਹਿੰਦੇ ਨੇ ਵੀ ਇਹਨੂੰ ਅੰਦਰ ਕਰਵਾ ਦੀ ਬਲਾਤ ਕਰਦੇ ਪਰਚੇ 'ਚ ਅਤੇ ਅਸੀਂ ਸਾਰੀ ਜ਼ਮੀਨ ਵਾਹ ਕੇ ਹਾਂਜੀ ਇਕੱਲਾ ਹੈ ਕੋਈ ਸੱਸ ਨਹੀਂ ਸਾਡਾ ਉਹਨਾਂ ਨਾਲ 2 ਸਾਲ ਹੋ ਗਏ ਹਾਂਜੀ ਹਾਂਜੀ ਜ਼ਮੀਨਦਾਰ ਇਹ ਸਾਡੇ ਤੇ ਝੂਠੇ ਜਲਾਮ ਲੱਗ ਰਹੇ ਨੇ ਮੇਰੇ ਘਰ ਵਾਲੇ ਤੇ ਅਸੀਂ ਮੰਗ ਇਹੀ ਕਰਨਾ ਚਾਹੀਦੀ ਸਾਡੀ ਸੁਣਾਈ ਹੋਵੇ ਪਰਚਾ ਸਾਡਾ ਖਾਰਜ ਹੋਵੇ ਹਾਂਜੀ 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 ਪਰਚਾ ਮੇਰੇ ਪਤੀ ਤੇ ਝੂਠਾ ਬਹੁਤ ਜਲਾਮ ਲੱਗ ਰਿਹਾ ਹੈ ਬੱਚੀ ਛੋਟੀ ਜੀ ਬੱਚੀ ਤੇ ਬਲਾਤਕਾਰ ਦਾ ਪਰਚਾ ਪਵਾ ਰਹੇ ਨੇ ਉਹ ਪਿੰਡ ਦੇ ਰਹਿਣ ਵਾਲੇ ਨੇ ਹਾਂਜੀ ਹਾਂਜੀ ਆਸ ਪਾਸ ਦੇ ਨੇ ਸਾਡੇ ਤੇ ਬਦਲੇ ਹੋਏ ਨੇ ਸਾਨੂੰ ਖਤਮ ਕਰਨਾ ਚਾਹੁੰਦੇ ਨੇ ਮੇਰੇ ਘਰ ਵਾਲੇ ਨੂੰ ਮੈਨੂੰ ਵੀ ਅਸੀਂ ਜ਼ਮੀਨ ਇਹਨਾਂ ਦੀ ਆਪਦੇ ਐਂਟਰ 'ਚ ਕਰੀਏ ਅੱਜ ਰਾਜੀਨਾਮੇ ਦੀ ਗੱਲ ਹੋਈ ਸੀ ਕਹਿੰਦੇ 5 ਕਿੱਲੇ ਸਾਨੂੰ ਜ਼ਮੀਨ ਵਾਹਨ ਦਿਓ ਸਾਡਾ ਰਾਜੀਨਾਮਾ ਹੈ ਇਹ ਸਰ ਬੱਚੀ ਦਾ ਜਿਹੜਾ ਡੈਡੀ ਹੈ ਇਹ ਤਾਂ ਚਲਾ ਜਾਂਦਾ ਦਿਹਾੜੀ ਮਿਹਨਤ ਦਿਹਾੜੀ ਦੱਪਾ ਕਰਦਾ ਜਿਹੜੀ ਉਹਦੀ ਮਾਤਾ ਜੀ ਹੈ ਉਹ ਘਰੇ ਸੀ ਘਰੇ ਤੇ ਜਦੋਂ ਦਾ ਸ਼ਾਮ ਦਾ ਟਾਈਮ ਸੀ ਉਹ ਕਿਤੇ ਗੁਆਂਢੀ ਚਲੇ ਗਏ ਵੀ ਨਵਾਂ ਨੇਰੀ ਦਾ ਬੱਦਲ ਤਾਂ ਹੈਗਾ ਚੱਲ ਬੰਦੇ ਨੂੰ ਕਹਿ ਦਿੰਦੇ ਵੀ ਫੋਨ ਕਰ ਦੇ ਤੇ ਸਬਜ਼ੀ ਸੁਬਜ਼ੀ ਲਈ ਜਾ ਮੇਰਾ ਤਾਂ ਨਹੀਂ ਜਾਣ ਹੋਣਾ ਉਹ ਫੋਨ ਕਰਾਉਣ ਗਈ ਚਲੀ ਬੱਚੇ ਘਰੇ ਖੇਡਦੇ ਪਏ ਸੀ ਬੱਚੀ ਨੇ ਉਹਨੂੰ ਉੱਤੋਂ ਕੋਠੇ ਤੋਂ ਉੱਪਰੋਂ ਆਵਾਜ਼ ਮਾਰੀ ਮੈਂ ਤੈਨੂੰ ਪੈਸੇ ਦੇਣਾ ਤੇ ਉਹ ਬੱਚੀ ਉਹ ਪੈਸੇ ਦੇ ਲਾਲਚ ਨਾਲ ਉੱਪਰ ਚਲੀ ਗਈ ਵੀ ਚੀਜ਼ ਅੱਗੇ ਦੁਕਾਨ ਹੈਗੀ ਹੈ ਸ਼ਹਿ ਲੈ ਲਵਾਂ ਹਾਂਜੀ ਦੁਕਾਨ ਵੀ ਹੈਗੀ ਹੈ ਉਹ ਉਹਦੇ ਪੌੜੀਆਂ ਤੋਂ ਚੜ੍ਹ ਕੇ ਕੋਠੇ ਤੋਂ ਉੱਪਰ ਚਲੀ ਗਈ ਉੱਪਰ ਜਾ ਕੇ ਇਸ ਨੇ ਪੈਸੇ ਦੇ ਲਾਲਚ ਵਿੱਚ ਉਸ ਦੇ ਕੱਪੜੇ ਲਵਾ ਤੇ ਉਦੋਂ ਆਪਦੇ ਕੱਪੜੇ ਉਤਾਰੇ ਉਹਦਾ ਰੇਪ ਕਰ ਰਿਹਾ ਸੀ ਵੈਸੇ ਤਾਂ ਵੀ ਅੱਗੇ ਬੱਚੇ ਜਾਂਦੇ ਆਉਂਦੇ ਨੇ ਅਕਸਰ ਹੀ ਬੁਲਾਉਂਦੇ ਅਸੀਂ ਉਹਨਾਂ ਨੂੰ ਉਹਨਾਂ ਵੈਸੇ ਵੇ ਤਾਂ ਕਰਨੀ ਹੈਗੀ ਸੀ ਸਾਡੀ ਦਰਾਣੀ ਉਹਨਾਂ ਜਾ ਕੇ ਛੱਤ ਤੋਂ ਬੁਲਾਇਆ ਵੀ ਕਹਿੰਦੇ ਵੀ ਤੈਨੂੰ ਮੈਂ ਟੋਫੀਆਂ ਦਿੰਦਾ ਉਹ ਬੱਚੇ ਛੱਤ ਤੇ ਚਲੇ ਗਏ ਨੇ ਇਹ ਬਾਹਰ ਨੂੰ ਆ ਗਈ ਏ ਇਹਨੇ ਕਿਹਾ ਵੀ ਬੱਚੇ ਖੇਡਣ ਗਏ ਹੋਏ ਨੇ ਇਹਨੇ ਜਦੋਂ ਬੱਚੇ ਦੂਜੇ ਗਵਾਂਢੀਆਂ ਦੇ ਬੱਚਿਆਂ ਨੇ ਕਿਹਾ ਨਾ ਵੀ ਚਾਚੀ ਤੁਹਾਡੀ ਕੁੜੀ ਨਾਲ ਵਿਆਹ ਹਰਕਤ ਕਰ ਲਿਆ ਮੁੰਡਾ ਇਹ ਫਿਰ ਕਹਿੰਦੀ ਤੁਸੀਂ ਚੁੱਪ ਕਰੋ ਵੀ ਸ਼ਾਇਦ ਜਵਾਕ ਕੂੜ ਨਾ ਮਾਰ ਦਿਓ ਹੁਣ ਇਹਨੇ ਚੜ੍ਹ ਕੇ ਆਪਦੀ ਛੱਤ ਤੋਂ ਉਹਨਾਂ ਦੀ ਛੱਤ ਤੇ ਇਹਨਾਂ ਦੀ ਛੱਤ ਨੇੜੇ ਨੇੜੇ ਨੇ ਦੁਬਾਰਾ ਇਹਨਾਂ ਵੇਖ ਕੇ ਉਹਨੂੰ ਕੁੜੀ ਨੂੰ ਇਹਦੇ ਕੋਲ ਨਹੀਂ ਰਿਹਾ ਗਿਆ ਜਦੋਂ ਮਾਂ ਪਿਓ ਵੇਖ ਲੈਂਦਾ ਨਹੀਂ ਰਿਹਾ ਸਕਦਾ ਇਹਨੇ ਆਵਾਜ਼ ਦੇਤੀ ਵੀ ਕਹਿੰਦਾ ਤੂੰ ਕੀ ਕਰਦਾ ਫਿਰ ਉਹਨੇ ਇੰਨੇ 'ਚ ਏਸੀ ਹੈਗਾ ਸੀ ਏਸੀ ਦੇ ਓਲੇ ਨੋਕਿਆ ਮੁੰਡਾ ਜਾਣੀ ਕਿ ਦੀਵਾਰ ਦੇ ਇਹਨੇ ਫਿਰ ਬੱਚਿਆਂ ਨੂੰ ਕਿਹਾ ਵੇਖ ਕੇ ਆਓ ਵੀ ਉਹ ਕੌਣ ਹੈ ਇਹ ਜਦੋਂ ਬੱਚੇ ਕਹਿੰਦੇ ਵੀ ਮੰਮੀ ਨਾਮੀ ਹੈ ਮੁੰਡਾ ਹੈਗਾ ਇਹਦਾ 5-6 ਸਾਲ ਦਾ ਉਹਨੇ ਕਿਹਾ ਵੀ ਮੰਮੀ ਇਹ ਨਾਮੀ ਹੈ ਇਹਨੇ ਜਦੋਂ ਕਿਹਾ ਵੀ ਤੁਸੀਂ ਇਹ ਕੀ ਕੰਮ ਕੀਤਾ ਕੁੜੀ ਨਾਲ ਉਹਨਾਂ ਕਿਹਾ ਵੀ ਇਹ ਬੱਚੇ ਨਖੇ ਚੀਜ਼ ਲੈਣ ਆਏ ਨੇ ਜਾਣੀ ਕਿ ਚੀਜ਼ ਲੈਣ ਆਏ ਇਹਦਾ ਮਤਲਬ ਇਹ ਨਹੀਂ ਕਿ ਬੱਚੇ ਚੀਜ਼ ਲੈਣ ਗਏ ਤਾਂ ਉਹ ਚੀਜ਼ ਦੇ ਬਹਾਨੇ ਅਸੀਂ ਉਹਦੇ ਨਾਲ ਕੁਛ ਵੀ ਕਰ ਸਕਨੇ ਆ ਜੀ ਕੱਲ ਦਾ ਕੈਮਲਾ ਰਾਈ ਰੁੱਕਾ ਆਇਆ ਡਾਕਟਰੀ ਅਸੀਂ ਇੱਥੇ ਆਏ ਹਾਂ ਸਵੇਰ ਦੇ
सानू जिहड़े डॉक्टर साहब ने दाखिल किया इन्हां नूं पेशेंटां नूं वो डॉक्टर साहब नहीं मिलेगी सानू MLR नहीं मिली MLR मिलेगी जो भी सुरबंधी कार्रवाई की जी जो भी हाँ जी हाँ जी दोनों तरफों कोई MLR नहीं मिली जी परिवार कह रहा पुलिस सानू दबा रही है कोई अजिही गलत नहीं जी नहीं इहो जी कोई गल नहीं अजे तो MLR नहीं मिली सानू ठीक है अजे तो वर्बली पुछगिछ कर रहे हैं कि रात भी गए इस मौके पर भी गए हैं।